जलंधर के गोपाल नगर च कुड़ी के सुसाइड मामले च नवा मोड़ सामने आया। कुड़ी के परिवार वाले ने मुंडे के परिवार से आरोप लगाते कहा कि साड़ी कुड़ी का कतल मुंडे के परिवार वालों किया गया है। कुड़ी के परिवार ने प्रशासन को गुहार लगाई है कि मुंडे वाले उपर बनती कार्रवाई की जाए। की नाम अपना? किथे रहंदे हो? न्यू मॉडल हाउस। ਅਤੇ ਕੀ ਮਾਮਲਾ ਹੋਇਆ ਭਾਜੀ? ਜਿਹੜੀ ਤੁਹਾਡੀ ਕੁੜੀ ਵਾਲਾ ਜਿਹੜਾ ਹੋਇਆ ਵਾ, ਕੀ ਨਾਮ ਹੈ ਸੀ, ਕਿੱਥੇ ਰਹਿੰਦੀ ਸੀ? ਈਸ਼ਾ ਕੁੜੀ ਦਾ ਨਾਮ ਹੈ। ਹਾਂਜੀ। ਤੇ ਉਹ ਸਵੇਰੇ ਬੇਟੀ ਉਹਨਾਂ ਨੇ ਫੋਨ ਕੀਤਾ ਕਿ ਆਇਓ ਅਸੀਂ ਤੁਹਾਡੇ ਨਾਲ ਗੱਲ ਕਰਨੀ। ਮਦਰ ਨੇ ਉਹਦੀ ਨੇ ਫੋਨ ਕੀਤਾ। ਅਸੀਂ ਕਿਹਾ ਵੀ ਅੱਜ ਸ਼ਨੀਵਾਰ ਆ, ਸਾਡਾ ਕੰਮ ਦੇਣ ਵਾਲਾ, ਅਸੀਂ ਨਹੀਂ ਅੱਜ ਆ ਸਕਦੇ, ਸਵੇਰੇ ਆਵਾਂਗੇ। ਉਸ ਤੋਂ ਬਾਅਦ 3 ਵਜੇ ਇਹਨਾਂ ਨੇ ਕੀ ਕੀਤਾ, 3 ਵਜੇ ਇਹਨਾਂ ਨੇ ਕੀ ਕੀਤਾ ਵੀ ਸਾਨੂੰ ਕਹਿਤਾ ਤੁਹਾਡੀ ਕੁੜੀ 4 ਵਜੇ ਪੂਰੀ ਹੋ ਗਈ। ਅੱਛਾ ਜੀ। ਐਦਾਂ ਕਰ किन्ने बच्चे सी कोले साडे? ਸਾਡੀ ਕੁੜੀ ਨੂੰ ਤੰਗ ਕਰਦੇ ਸੀਗੇ, ਕੰਮ ਕਰਦਾ ਨਹੀਂ ਸੀ, ਵਿਹਲਾ ਰਹਿੰਦਾ ਸੀਗਾ। ਠੀਕ ਆ। ਅਤੇ ਉਸ ਤੋਂ ਬਾਅਦ ਅੱਜ ਕੱਲ੍ਹ ਇਹਨਾਂ ਦਾ ਫੋਨ ਆਇਆ ਸਾਨੂੰ ਕਿ ਮੰਮਾ ਨਾਲ ਗੱਲ ਹੋਈ, ਕਹਿੰਦੇ ਕਿ 10 ਵਜੇ ਕਿ ਹੁਣੇ ਆਓ ਘਰ ਅਤੇ ਉਹ ਗੱਲ ਕਰਨੀ ਆ। ਬਟ ਮੰਮਾ ਨੇ ਕਿਹਾ ਕਿ ਅਸੀਂ ਕੱਲ੍ਹ ਆਉਂਦੇ ਹਾਂ ਕਿ ਸਾਡੀ ਕੁੜੀ ਨਾਲ ਗੱਲ ਕਰਾ ਦਿਓ। ਬਟ ਇਹਨਾਂ ਨੇ ਸਾਡੀ ਕੁੜੀ ਨਾਲ ਕੋਈ ਗੱਲ ਨਹੀਂ ਕਰਾਈ ਅਤੇ ਕਹਿੰਦੇ ਕਿ ਤੁਸੀਂ ਕੱਲ੍ਹ ਆਓ ਅਤੇ ਆਪਾਂ ਉਦੋਂ ਗੱਲ ਕਰਾਂਗੇ। ਅਤੇ ਚਲੋ ਦੁਪਹਿਰ ਹੋਈ, ਹੁਣ ਇੱਕ 4 ਵਜੇ ਫੋਨ ਆਇਆ ਇਹਨਾਂ ਦਾ ਕਿ ਕਹਿੰਦੇ ਕਿ ਡੈਥ ਹੋ ਗਈ। ਪਰ ਜੋ ਸਾਨੂੰ ਲੱਗਦਾ ਕਿ ਇਹਨਾਂ ਨੇ ਮੌਕੇ ਦੇ ਉੱਤੇ ਕਹਿੰਦੇ ਕਿ ਅਸੀਂ ਸਾਰਿਆਂ ਨੇ ਘਰ ਨਹੀਂ ਸਕੇ, ਬਟ ਇੱਦਾਂ ਨਹੀਂ ਹੁੰਦਾ ਕਿ ਘਰ ਦੇ ਵਿੱਚ ਕੋਈ ਇੱਕ ਬੰਦਾ ਤਾਂ ਹੁੰਦਾ ਆ ਕਿ ਇੱਕੋ ਟਾਈਮ 'ਤੇ ਇਹ ਸਾਰੇ ਪਰਿਵਾਰ ਵਾਲੇ ਇੱਕੋ ਦਮ ਗਾਇਬ ਹੋ ਗਏ। ਇਹ 'ਤੇ ਸਾਨੂੰ ਸ਼ੱਕ ਹੈਗਾ ਕਿ ਇਹਨਾਂ ਨੇ ਖੁਦ ਸਾਡੀ ਕੁੜੀ ਨੂੰ ਮਾਰਿਆ ਗਿਆ ਅਤੇ ਸਾਡੇ ਕੋਲ ਉਹ ਕੱਲ੍ਹ ਰਾਤ ਨੂੰ ਨਹੀਂ, ਜਿੱਦਾਂ ਉਹ ਕਹਿੰਦੇ ਸੀ ਕੱਲ੍ਹ ਆਤਮ ਹੱਤਿਆ ਕੀਤੀ, ਉਹਦੇ 'ਤੇ ਕੀ ਕਹਿਣਾ ਚਾਹੁੰਦੇ ਤੁਸੀਂ? ਮਤਲਬ ਉਹਨੇ ਆਤਮ ਹੱਤਿਆ ਦਾ ਕੁਛ ਨਹੀਂ ਹੈਗਾ, ਇਹਨਾਂ ਨੇ ਉਹਨੂੰ ਤੰਗ ਕੀਤਾ, ਇੱਦਾਂ ਦਾ ਕੋਈ ਟੋਰਚਰ ਕੀਤਾ ਜੋ ਕਿ ਪਹਿਲਾਂ ਵੀ ਥੋੜ੍ਹੀ ਬਹੁਤੀ ਦਿੱਕਤ ਆਉਂਦੀ ਸੀ ਫੈਮਿਲੀ ਵਿੱਚ, ਪਰ ਇੱਦਾਂ ਦਾ ਕਦਮ ਕਦੀ ਨਹੀਂ ਉਠਾਇਆ ਸਾਡੀ। ਹੁਣ ਜਿੱਦਾਂ ਤੁਸੀਂ ਪੁਲਿਸ ਨੂੰ ਕੱਲ੍ਹ ਸ਼ਾਮੀ ਕੀ ਸ਼ਿਕਾਇਤ ਕੀਤੀ ਪੁਲਿਸ ਨੂੰ, ਅਤੇ ਹੁਣ ਕੀ ਪੁਲਿਸ ਕਾਰਵਾਈ ਕਰ ਰਹੀ ਹੈ? ਜਿੱਦਾਂ ਉਹ ਕਹਿੰਦੀ ਸੀ ਕਿ ਤੁਸੀਂ ਆਪਣੇ ਆਪ ਲਿਖ ਕੇ ਦਿੱਤਾ ਸੀ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ, ਹੁਣ ਕੀ ਮੰਗਦਾ? ਇੱਦਾਂ ਦਾ ਕੁਛ ਨਹੀਂ ਕਿਹਾ ਉਹਨਾਂ ਨੂੰ, ਉਹਨਾਂ ਨੇ ਸਾਡੇ ਕੋਲ ਸਾਡਾ ਨਾਮ ਪੁੱਛਿਆ, ਜੋ ਵੀ ਉਹਨਾਂ ਦੇ ਮਹੱਲੇ ਨਿਵਾਸੀਆਂ ਦੇ ਕਹਿਣ 'ਤੇ ਜਾਂ ਉਹਨਾਂ ਨੇ ਬਿਆਨ ਦਿੱਤੇ ਆ, ਜੋ ਵੀ ਉਹਨਾਂ ਨੇ ਲਿਖਿਆ ਵਾ, ਸਾਨੂੰ ਕੁਛ ਨਹੀਂ ਪੜਾਇਆ ਗਿਆ, ਜਾਂ ਇਹਨਾਂ ਨੇ ਪੈਸੇ ਦਿੱਤੇ ਪੁਲਿਸ ਨੂੰ, ਜਾਂ ਸਾਨੂੰ ਕੁਛ ਨਹੀਂ ਇਹੋ ਜਿਹਾ ਪਤਾ। ਜੋ ਇਹਨਾਂ ਨੇ ਸਾਡੇ ਕੋਲ ਨਾਮ ਪੁੱਛਿਆ, ਅਸੀਂ ਨਾਮ ਦੱਸਿਆ, ਇਹਨਾਂ ਨੇ ਆਪੇ ਲਿਖ ਕੇ ਨਾ ਸਾਨੂੰ ਪੜਾਇਆ, ਸਿੱਧੇ ਇਹਨਾਂ ਨੇ ਸਾਡੇ ਕੋਲ ਸਾਈਨ ਕਰਾ ਲਏ। ਹੁਣ ਕੀ ਡਿਮਾਂਡ ਹੈ ਤੁਹਾਡੀ? ਹੁਣ ਸਾਡੀ ਡਿਮਾਂਡ ਹੈ ਕਿ ਸਾਨੂੰ ਇਨਸਾਫ ਚਾਹੀਦਾ। ਤੁਸੀਂ ਨਵੀਂ ਕੰਪਲੇਂਟ ਦੇ ਰਹੇ ਹੋ ਪੁਲਿਸ ਨੂੰ? ਹਾਂਜੀ, ਦੇਣਾ ਚਾਹੁੰਦੇ ਹਾਂ ਜੀ। ਦੇ ਰਹੇ ਹੋ ਤੇ ਕੀ ਮੰਗ ਕਰਦੇ ਹੋ ਉਹਨਾਂ ਤੋਂ? ਇਹਨਾਂ ਕੋਲ ਆਪਾਂ ਇਨਸਾਫ ਮੰਗ ਰਹੇ ਹਾਂ ਕਿ ਜੋ ਤੇ ਕਿੰਨੇ ਬੱਚੇ ਸੀ ਤੁਹਾਡੀ ਸਿਸਟਰ ਦੇ ਯਾਰ? ਹਾਲੇ ਕੋਈ ਬੱਚਾ ਨਹੀਂ ਸੀਗਾ ਕਿ 8 ਸਾਲ ਦੀ ਮੈਰਿਜ ਤੋਂ ਕੋਈ ਉਹਨਾਂ ਬੱਚਾ ਨਹੀਂ ਸੀ? ਹਾਂਜੀ ਸਰ, ਜਿਹੜਾ ਅੱਜ ਮਾਮਲਾ ਆਇਆ ਸਿਵਲ ਹਸਪੀਟਲ ਕੀ ਹੈ ਜੀ? ਸਰ ਕੱਲ ਕੋਈ 4:30 ਵਜੇ MSC ਥਾਣਾ ਵੱਲੋਂ ਮੈਨੂੰ ਫੋਨ ਆਇਆ ਸੀ ਕਿ ਹਾਊਸ ਨੰਬਰ NN 191 ਗੋਪਾਲ ਨਗਰ ਵਿੱਚ ਕਿਸੇ ਲੜਕੀ ਨੇ ਸੁਸਾਈਡ ਕਰ ਲਈ ਹੈ ਅਤੇ ਮੌਕਾ 'ਤੇ ਪੁੱਜੋ। ਮੈਂ ਸਰ ਮੌਕੇ 'ਤੇ ਪੁੱਜਿਆ, ਜਾ ਕੇ ਦੇਖਿਆ ਕੁੜੀ ਇਹਦੇ ਨਾਲ ਬੈੱਡ 'ਤੇ ਲਟਾਈ ਹੋਈ ਸੀ ਅਤੇ ਉਹਦੇ ਵੇਖਣ 'ਤੇ ਕੁੜੀ ਦੇ ਗਲੇ ਦੇ ਵਿੱਚ ਰੱਸੀ ਦਾ ਨਿਸ਼ਾਨ ਹੈਗਾ ਜੀ, ਰੱਸੀ ਦਾ ਜਾਂ ਚੁੰਨੀ ਪਾ ਕੇ ਫਾਹ ਲੈਣ ਦਾ। ਅਸੀਂ ਸੀਨੀਅਰ ਅਫਸਰ ਮੌਕੇ 'ਤੇ ਆਏ, SHO ਸਾਹਿਬ ਵੀ ਮੌਕੇ 'ਤੇ ਆਏ, ਲਾਸ਼ ਨੂੰ ਅਸੀਂ ਚੱਕ ਕੇ ਸਿਵਲ ਹਸਪਤਾਲ ਡੈੱਡ ਹਾਊਸ ਰੱਖਿਆ ਗਿਆ, ਜਿਸ ਦਾ ਅੱਜ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਬਾਅਦ ਤੋਂ ਜੋ ਵੀ ਉਹਦੀ ਰਿਪੋਰਟ ਆਊਗੀ ਬਣਦੀ ਕਾਰਵਾਈ। ਸਰ ਜਿੱਦਾਂ ਕੁੜੀ ਦੇ ਘਰ ਦੇ ਕਹਿੰਦੇ ਕੁੜੀ ਨੂੰ ਮਾਰਿਆ ਗਿਆ ਵਾ, ਉਹਨੇ ਆਤਮ ਹੱਤਿਆ ਨਹੀਂ ਕੀਤੀ, ਉਹਨੂੰ ਲੈ ਕੇ ਕੀ ਕਾਰਵਾਈ ਕੀਤੀ ਜਾ ਰਹੀ ਹੈ? ਕੁੜੀ ਦੇ ਮਾਂ ਦੇ
डैडी दे ब्रदर दे इहदे मामा जी दे बयान लिखे मौका ते अपने बयानों विच इहनां नाल इहो जी कोई गल दा जिक्र नहीं कीता कि साडी कुड़ी इहनां नाल लिखाया होवे विच वी साडी कुड़ी बहुत सुखी सकाली सहुरिआं दे घर रहिंदी सी सानूं कोई दुख नहीं है। हुण जिहड़ी नवीं कंप्लेंट कोई आउंदी है जिहदी मारक टुटदी है उहदे ते आपणे की कार्रवाई कीती जावेगी? नवीं कंप्लेंट लै के जो रिपोर्ट विसरा रिपोर्ट आऊगी उस हिसाब नाल कार्रवाई अमल विच लिआंदी।